ਤੇ ਮੇਰੀ ਇੰਡਸਟਰੀ ਤੋਂ ਕਲਾਕਾਰ ਸਾਹਿਬਾਨ, ਮੇਰਾ ਛੋਟਾ ਵੀਰ ਗੱਪੀ ਗਰੇਵਾਲ ਤੇ ਮੇਰਾ ਵੱਡਾ ਵੀਰ ਬਿੰਦੂ ਢਿੱਲੋਂ, ਰੋਣੀ ਜੀ, ਤਿਵਾੜੀ ਜੀ, ਹੋਰ ਵੀ ਜਿੰਨੇ ਸਾਰੇ ਕਲਾਕਾਰ ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਪਾਰਟੀ ਦੀ ਵੀ ਰੀੜ ਦੀ ਹੱਡੀ ਹੋ ਔਰ ਮੇਰੀ ਤਾਕਤ ਦੀ ਵੀ ਰੀੜ ਦੀ ਹੱਡੀ ਹੋ। ਸੋ ਮੈਂ ਅੱਜ ਕਿਸੇ ਨੂੰ ਨਾ ਨਿੰਦਣ ਆਇਆ ਨਾ ਭੰਡਣ ਆਇਆ। ਅੱਜ ਮਾਨ ਸਰਕਾਰ ਦੇ ਦੋ ਸਾਲਾਂ ਦੇ ਕੀਤੇ ਕੰਮਾਂ ਦੇ ਲਈ ਵੋਟ ਮੰਗਣ ਆਇਆ। ਸੋ ਜੋ ਵੀ ਦੋ ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲਈ ਕੰਮ ਕੀਤੇ ਨੇ, ਤੁਸੀਂ ਆਪ ਮੁਲਾਂਕਣ ਕਰ ਲਓ ਪਿਛਲੇ 70 ਸਾਲਾਂ ਦਾ। ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਵੀ ਕਿਹੜੀ ਸਰਕਾਰ ਨੇ ਕੀ ਕੰਮ ਕੀਤੇ ਆ। ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਚੰਗੀ ਸੋਚ ਨਾਲ ਜੁੜੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ, ਕੇਜਰੀਵਾਲ ਸਾਹਿਬ ਨੇ, ਜਿੰਨੇ ਵੀ ਮੈਦਾਨ ਦੇ ਵਿੱਚ ਕੈਂਡੀਡੇਟ ਉਤਾਰੇ ਨੇ, ਚਾਹੇ 2022 ਚ ਸੀ ਚਾਹੇ 2024 ਚ ਨੇ, ਸਾਰੇ ਆਮ ਘਰਾਂ ਦੇ ਧੀ ਪੁੱਤ ਨੇ। ਪਹਿਲਾਂ ਕੀ ਸੀ, ਦਾਦਿਆਂ ਪੜਦਾਦਿਆਂ ਤੋਂ ਲੈ ਕੇ ਪੋਤਿਆਂ ਪੜਪੋਤਿਆਂ ਤੱਕ ਉਹੀ ਟਿਕਟਾਂ, ਉਹੀ ਲੋਕਾਂ ਨੂੰ ਟਿਕਟਾਂ ਮਿਲਦੀਆਂ ਸੀ। ਆਹ ਪਹਿਲੀ ਵਾਰ ਹੋਇਆ ਕਿ ਮੇਰੇ ਵਰਗੇ ਨਿਮਾਣੇ ਦੇ ਇੱਕ ਗਰੀਬ ਘਰ ਦੇ ਪੁੱਤ ਨੂੰ, ਇੱਕ ਖੇਤਾਂ ਦੇ ਪੁੱਤ ਨੂੰ ਟਿਕਟ ਦੇ ਕੇ ਨਿਵਾਜਿਆ।